ਬੀਤੀ 1 ਜੁਲਾਈ ਨੂੰ ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ 'ਚ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ ਦੇ ਹੋਏ ਆਤਮਘਾਤੀ ਹਮਲੇ 'ਚ ਮਾਰੇ ਗਏ 12 ਸਿੱਖਾਂ ਅਤੇ 1 ਹਿੰਦੂ ਦੀਆਂ ਅਸਥੀਆਂ ਅੱਜ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਇਹ ਅਸਥੀਆਂ ਦਿੱਲੀ ਦੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਿਊ ਮਹਾਂਵੀਰ ਨਗਰ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਇੱਥੇ ਲਿਆਂਦੀਆਂ ਗਈਆਂ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅਫਗਾਨਿਸਤਾਨ ਸਮੇਤ ਦਿੱਲੀ ਤੋਂ ਆਪਣੇ ਸਾਕ ਸੰਬੰਧੀ ਦੀਆਂ ਅਸਥੀਆਂ ਲੈ ਕੇ ਆਉਣ ਵਾਲੀਆਂ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। सविंदर सिंह सारा बता रहे हम वहाँ से आए हैं जलालाबाद से। हमारे टोटल 19-22 बंदे आए हैं अफगानिस्तान से। वहाँ पर बम धमाका हो गया था क्या नाम है जलालाबाद में, जिस टाइम हम प्रधानमंत्री वहाँ के जो अफगानिस्तान के हैं अशरफ गनी से मिलने जा रहे थे, तो उसी टाइम उसने सुबह में बोला, फिर बाद में फिर बोला कि तुम इस टाइम मत आओ, 4 बजे आओ। जैसे 4 बजे हमारी टीम जो हमारे जलालाबाद के मेन प्रधान हैं सरदार मीर सिंह और जो काबुल के मेन वो हैं कैंडिडेट हैं सरदार अवतार सिंह और उनके साथी जो थे तकरीबन 14-15 बंदे थे, 15 से भी ज़्यादा थे और ज़ख्मी हो गए। और ये जो 12-13 बंदे थे वहाँ पे शहादत, उन्होंने जैसे उनको थोड़ा सा आगे जाने का उनको बोला, उनको ऑर्डर नहीं मिल रहा था और ऑर्डर मिलने के लिए उन्होंने जैसे उनको बोला कि ऑर्डर लो हमारे लिए, हमें बुलाया गया 4 बजे का टाइम दिया है। जैसे वो मेरा भाई निकला वहाँ से मंजीत सिंह और वहाँ आगे गया उनसे बात करने के लिए, जैसे वो बात करने का उनको बोला कि बस हम ऑर्डर ले रहे हैं आपके लिए, जैसे उन्होंने बोला कि मैं ऑर्डर ले रहा हूँ वैसे उसी टाइम धमाका हो गया। SGPC ने मदद की थी कोई, तो अब किसी ने आपकी तरफ ध्यान दिया है आतंकवादी हमले के बाद? पूरे सारे जिहड़े गुरुद्वारे कमेटी वाले ने ध्यान दिया है, बहुत ध्यान दिया है, जीके ने बहुत ध्यान दिया है, 22-23 दिन से हमारे साथ बहुत हेल्प की थी सब कुछ लिए। आपका कहने का मतलब 1200 परिवार जो वहां रहता है, 1200 घर वहां पे है, उनकी कोई वाली वारसनिया ना अफगानिस्तान, ये बच्चे जाने बच्चे तो जुड़ा पढ़ते हैं, कहते हैं केस पढ़ते हैं पढ़ते हैं, बच्चे कोई पढ़ाई नहीं होती, मुसलमान लोग केस खींच रहे हैं जुड़ा खींच रहे हैं, सारे बच्चे जो स्कूल जाने हैं ਬਹੁਤ ਕਿ 13 ਸਿੱਖ ਜਿਹੜੇ ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀਆਂ ਤੋਂ ਹੋਏ ਅੱਜ ਉਹਨਾਂ ਦੇ ਪਰਿਵਾਰ ਉਹਨਾਂ ਦੇ ਅਸਥੀਆਂ ਲੈ ਕੇ ਪਹੁੰਚੇ ਔਰ ਇਹ ਬਹੁਤ ਵੱਡੇ ਸਿੱਖ ਹੈ ਚਾਹੀਦਾ, ਉਹਨਾਂ ਦੀ ਲੀਡਰਸ਼ਿਪ ਨੂੰ ਉੱਥੇ ਖਤਮ ਕਰਨ ਦੀ ਬੜੀ ਵੱਡੀ ਪੂੰਜੀ ਚੱਲ ਚੁੱਕੀ, ਇਸ ਕਰਕੇ ਅੱਜ ਜਿਸ ਤਰ੍ਹਾਂ ਬੀਬੀਆਂ ਪਰਿਵਾਰਾਂ ਦਾ ਜਿਹੜੇ ਬਹੁਤ ਵੱਡੇ ਜ਼ਿੰਮੇਦਾਰ ਸਾਹਮਣਾ ਉਹਨਾਂ ਦਾ ਦਰਦਾਪ ਅੱਜ ਦੇਖਿਆ ਨਹੀਂ ਕਰਦਾ, ਦੁੱਖ ਹੈ। ਪਰ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਹੈ ਕਿ ਪਰਮਾਤਮਾ ਇਹਨਾਂ ਪਰਿਵਾਰਾਂ ਦੇ ਸਿਰ 'ਤੇ ਆਪਣਾ ਹੱਥ ਰੱਖੇ, ਇਸੇ ਤਰ੍ਹਾਂ ਜਦੋਂ ਜ਼ੁਲਮ ਦਾ ਵੀ ਟਾਕਰਾ ਕਰਨ ਔਰ ਆਉਣ ਵਾਲਾ ਸਮਾਂ ਇਹਨਾਂ ਦਾ ਜਿਹੜਾ ਸੁਖਾਲਾ ਹੋਵੇ, ਬਹੁਤ ਇਹਨਾਂ ਦੀ ਸੁਰੱਖਿਆ ਨੂੰ ਇਹੋ ਜਿਹਾ ਜਿਹੜਾ ਜ਼ੁਲਮ ਹੈ ਉਹਦੇ ਵੱਲ ਧਿਆਨ ਦੇਣਾ ਚਾਹੀਦਾ, ਮਤਲਬ ਕਿ ਚਾਹੇ ਕਿਸੇ ਵੀ ਦੇਸ਼ ਦੀ ਹੋਵੇ ਕਿਸੇ ਵੀ ਧਰਮ ਦੀ ਉਹਦੀ ਜਾਨ ਮਾਲ ਸੁਰੱਖਿਅਤ ਹੋਣੀ ਚਾਹੀਦੀ। ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਜੀ ਕੋਈ, ਕਿਉਂਕਿ ਲਗਾਤਾਰ ਹੁੰਦਾ ਦੇਖਿਆ ਜਾ ਰਿਹਾ, ਗੌਰਮੈਂਟ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਪਾਰਟੀ ਵੱਲੋਂ ਵੀ, ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਵੀ, ਦਿੱਲੀ ਕਮੇਟੀ ਵੱਲੋਂ, ਇਹਨਾਂ ਪਰਿਵਾਰਾਂ ਨੂੰ ਕਿਉਂਕਿ ਬਹੁਤ ਘੱਟ ਗਿਣਤੀ ਸੀ ਉੱਥੇ, ਬਹੁਤ ਮੁਸ਼ਕਿਲ ਦਾ ਹੈ ਅੱਜ ਦੇ ਦਿਨਾਂ ਦੇ ਚਿਹਰਿਆਂ ਦੇ ਉੱਤੇ ਜਿਹੜਾ ਬਹੁਤ ਨਜ਼ਰ ਆਉਂਦਾ, ਇਸ ਕਰਕੇ ਇਹਨਾਂ ਦੀ ਜਾਨ ਮਾਲ ਸੁਰੱਖਿਅਤ ਹੋਣੀ ਚਾਹੀਦੀ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੂਡੇ।